अगर तुसी अपने आप दे लई ऑनेस्ट हो तो तुसी रब दे लई ऑनेस्ट हो। ये फिल्म करके मैनू बड़ी खुशी मिली क्योंकि ये ना समाज दी एक मूवी है, इहदे विच ना सच्चाई दिखाई गई है। असि थोड़े जे साफ सुथरे लगदे सी तां साडे प्रेम सड़ा के छड्ड गए सी, इहनां नू गंदा करके लिया। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪ੍ਰਵਾਸੀ ਟੀਵੀ, ਮੈਂ ਹਾਂ ਪ੍ਰਿੰਸ ਗਰਗ। ਫਿਲਮ ਆਉਣ ਵਾਲੀ ਚਿੜੀਆਂ ਦਾ ਚੰਬਾ 13 ਅਕਤੂਬਰ ਨੂੰ ਰਿਲੀਜ਼ ਹੋਏਗੀ ਅਤੇ ਅੱਜ ਦਾ ਟ੍ਰੇਲਰ ਲਾਂਚ ਹੋ ਚੁੱਕਿਆ ਅਤੇ ਸਾਡੇ ਨਾਲ ਬਹੁਤ ਹੀ ਖੂਬਸੂਰਤ ਆਰਟਿਸਟ ਮੌਜੂਦ ਨੇ, ਨੇਹਾ ਪਵਾਰ ਜੀ। ਸਵਾਗਤ ਕਰਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਫਿਲਮ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਮੈਂ ਬਹੁਤ ਵਧੀਆ, ਤੁਸੀਂ ਬਹੁਤ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ? ਬਿਲਕੁਲ, ਗੱਲ ਅਸੀਂ ਕਰ ਰਹੇ ਹਾਂ ਚਿੜੀਆਂ ਦੇ ਚੰਬੇ ਬਾਰੇ। ਤੁਸੀਂ ਪਹਿਲਾਂ ਵੀ ਕੰਮ ਕੀਤਾ ਮੂਵੀਜ਼ ਦੇ ਵਿੱਚ ਤੇ ਹੁਣ ਚਿੜੀਆਂ ਦਾ ਚੰਬਾ ਲੈ ਕੇ ਆ ਰਹੇ ਹੋ, ਐਸਾ ਚਿੜੀਆਂ ਦੇ ਚੰਬੇ ਦੇ ਵਿੱਚ ਵੁਮੈਨਸ ਬਾਰੇ ਗੱਲ ਕੀਤੀ ਗਈ ਹੈ, ਹੈ ਨਾ, ਸਮਾਜ ਦੇ ਬਾਰੇ। ਜ਼ਰਾ ਉਹਦੇ ਬਾਰੇ ਥੋੜਾ ਚਾਨਣਾ ਪਾਓ ਕਿ ਕਿਸ ਤਰ੍ਹਾਂ ਦੀ ਵੁਮੈਨਸ, ਕਿਵੇਂ ਉਹਨਾਂ ਦੀ ਸਿਚੁਏਸ਼ਨ ਕੀ ਹੁੰਦੀ ਹੈ ਥੋੜਾ ਜਿਹਾ। ਚਿੜੀਆਂ ਦਾ ਚੰਬਾ ਟਾਈਟਲ ਹੀ ਆਪਣੇ ਆਪ 'ਚ ਪੂਰੀ ਗੱਲ ਦੱਸ ਰਿਹਾ ਹੈ ਕਿ ਇਹ ਇੱਕ ਚਿੜੀਆਂ ਦਾ ਚੰਬਾ ਹੈ, ਬਾਬੂਲ ਅਸਾਂ ਉੱਡ ਜਾਣਾ, ਬਟ ਅਸੀਂ ਆਜ਼ਾਦੀ ਦੇ ਨਾਲ ਉੱਡਣਾ ਹੈ। ਬਿਲਕੁਲ, ਇਸ ਕਹਾਣੀ ਦੇ ਵਿੱਚ ਅਸੀਂ ਆਹੀ ਸ਼ੋਅ ਜੋ ਸਾਡਾ ਕਨਸੈਪਟ ਹੈ ਆਹੀ ਆ ਕਿ ਇੱਕ ਚਿੜੀਆਂ ਦੀ ਆਜ਼ਾਦੀ ਦੀ ਕਹਾਣੀ ਆ, ਜੋ ਕੁਝ ਸਮਾਜ ਦੇ ਵਿੱਚ ਸਾਡੇ ਕੁੜੀਆਂ ਜਾਂ ਕੋਈ ਵੀ, ਮੈਂ ਸਿਰਫ ਕੁੜੀਆਂ ਨਹੀਂ ਕਹੂੰਗੀ, ਲੋਕ ਨੇ ਸਮਾਜ ਦੇ ਵਿੱਚ ਜੋ ਹਾਲੇ ਵੀ ਜਿਨ੍ਹਾਂ ਦੀ ਸੋਚ ਆ ਕਿ ਦਬਾ ਕੇ ਰੱਖਣਾ ਆ, ਜਾਂ ਕੁਛ ਲੋਕ ਆਪਣੇ ਹੱਕ ਦੇ ਲਈ ਲੜਦੇ ਨਹੀਂ ਆ, ਛੋਟੀ ਜਿਹੀ ਜ਼ਿੰਦਗੀ ਆ ਤੇ ਕੁੱਟ ਕੁੱਟ ਕੇ ਜੀਣ ਦਾ ਕਿਆ ਫਾਇਦਾ? ਤੇ ਉਸ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਆਜ਼ਾਦੀ ਦੇ ਨਾਲ ਜਿਉਂਦੇ ਹੋ, ਉਸਦੀ ਮੈਂ ਕਹਿੰਦੀ ਖੁਸ਼ੀ ਅੱਡ ਹੁੰਦੀ ਆ। ਤਾਂ ਉਹੀ ਚੀਜ਼ ਅਸੀਂ ਕਹਿੰਦੇ ਨਾ, ਖੁਸ਼ੀ ਤਾਂ ਉਹ ਇੱਕ ਡਾਇਲੋਗ ਹੈ ਟ੍ਰੇਲਰ ਦੇ ਵਿੱਚ ਕਿ ਇਸ ਇਹਨਾਂ ਦੋ ਦਿਨਾਂ 'ਚ ਮੈਨੂੰ ਇਹ ਅਹਿਸਾਸ ਹੋਇਆ ਕਿ ਖੁਸ਼ੀ ਤਾਂ ਆਜ਼ਾਦੀ 'ਚ ਮਿਲਦੀ ਹੈ, ਆਜ਼ਾਦੀ 'ਚ ਹੁੰਦੀ ਆ। ਤੇ ਉਹੀ ਆਜ਼ਾਦੀ ਨੂੰ ਅਸੀਂ ਸ਼ੋਅ ਕੀਤਾ ਹੈ ਕਿ ਆਪਣੇ ਲਈ ਲੜਨਾ, ਆਪਣੇ ਹੱਕ ਦੇ ਲਈ ਲੜਨਾ, ਮੈਨੂੰ ਲੱਗਦਾ ਹੈ ਕਿ ਕੋਈ ਗੁਨਾਹ ਨਹੀਂ ਆ। ਉਹ ਓਨੈਸਟੀ ਹੁੰਦੀ ਆ ਤੁਹਾਡੀ ਆਪਣੇ ਆਪ ਦੇ ਲਈ। ਅਗਰ ਤੁਸੀਂ ਆਪਣੇ ਆਪ ਦੇ ਲਈ ਓਨੈਸਟ ਹੋ ਤਾਂ ਤੁਸੀਂ ਰੱਬ ਦੇ ਲਈ ਓਨੈਸਟ ਹੋ। ਅਗਰ ਤੁਸੀਂ ਆਪਣੇ ਆਪ ਦੇ ਲਈ ਓਨੈਸਟ ਨਹੀਂ ਹੋ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਦੇ ਲਈ ਓਨੈਸਟ ਨਹੀਂ ਹੋ ਸਕਦੇ। ਤਾਂ ਉਹੀ ਆਜ਼ਾਦੀ, ਉਹੀ ਬਗਾਵਤ ਆਪਣੇ ਰਾਈਟਸ ਦੇ ਲਈ ਜੋ ਕੁੜੀਆਂ ਲੜਦੀਆਂ ਨੇ, ਉਹੀ ਅਸੀਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਚਿੜੀਆਂ 'ਚ। ਨੇਹਾ, ਤੁਸੀਂ ਕੋਈ ਮੂਵੀ ਹੁੰਦੀ ਹੈ, ਕੋਈ ਪ੍ਰੋਜੈਕਟ ਹੁੰਦਾ, ਤੁਸੀਂ ਆਪਣੇ ਵੱਲੋਂ ਪੂਰਾ ਬੈਸਟ ਕਰਦੇ, ਬਹੁਤ ਅੱਛਾ ਤੁਹਾਡੀ ਪਰਫਾਰਮੈਂਸ ਆਉਂਦੀ ਹੈ ਸਾਹਮਣੇ, ਜਦੋਂ ਆਡੀਅੰਸ ਦੇਖਦੀ ਸਾਨੂੰ ਦੱਸਦੀ ਹੈ ਰਿਵਿਊਜ਼ ਦੇ ਵਿੱਚ ਕਿ ਸਾਨੂੰ ਉਹਨਾਂ ਦਾ ਅੱਛਾ ਲੱਗਿਆ, ਤੁਸੀਂ ਇਸ ਮੂਵੀ ਦੇ ਵਿੱਚ ਜੋ ਵੀ ਪਾਰਟ ਤੁਹਾਡਾ ਨਿਭਾਇਆ, ਤੁਸੀਂ ਸਭ ਤੋਂ ਬੈਸਟ, ਤੁਹਾਨੂੰ ਕੀ ਚੀਜ਼ ਲੱਗੀ ਨਿਭਾ ਕੇ, ਹਾਂ ਮੈਨੂੰ ਉਹ ਜਗ੍ਹਾ ਉਹ ਰੋਲ ਨਿਭਾਇਆ ਤੇ ਮੈਨੂੰ ਸੀਰੀ ਦਿਲ ਤੋਂ ਲੱਗਿਆ ਵੀ ਹਾਂ ਇਹ ਚੀਜ਼ ਮੈਂ ਕੰਮ ਕਰੀ, ਖੁਸ਼ੀ ਮਿਲੀ? ਇਹ ਕਿਰਦਾਰ ਹੀ ਕਰਕੇ, ਇਹ ਫਿਲਮ ਕਰਕੇ ਮੈਨੂੰ ਬੜੀ ਖੁਸ਼ੀ ਮਿਲੀ ਕਿਉਂਕਿ ਇਹ ਨਾ ਸਮਾਜ ਦੀ ਇੱਕ ਮੂਵੀ ਹੈ, ਇਹਦੇ ਵਿੱਚ ਨਾ ਸੱਚਾਈ ਦਿਖਾਈ ਗਈ ਆ। ਕਿਉਂਕਿ ਇਹ ਫਿਲਮ ਦੇਖਣ ਤੋਂ ਬਾਅਦ ਮੈਨੂੰ ਲੱਗਦਾ ਕਿੰਨੇ ਲੋਕਾਂ ਦੀ, ਭਾਵੇਂ ਉਹ ਕੁੜੀ ਹੋਵੇ, ਭਾਵੇਂ ਮੁੰਡਾ ਹੋਵੇ, ਭਾਵੇਂ ਫੈਮਿਲੀਜ਼ ਹੋਣ, ਬੱਚੇ ਹੋਣ, ਕਾਫੀ ਸੋਚ ਚੇਂਜ ਹੋ ਗਈ। ਤੇ ਇਸ ਫਿਲਮ ਦਾ ਇੱਕ ਇੱਕ ਮੂਮੈਂਟ ਮੈਂ ਕਨੈਕਟ ਕਰ ਸਕਦੀ ਕਿਉਂਕਿ ਸਾਡਾ ਸਾਰਿਆਂ ਦਾ ਖੂਨ ਪਸੀਨਾ ਲੱਗਿਆ, ਕਿਉਂਕਿ ਐਕਸ਼ਨ ਸੀਗਾ ਬਹੁਤ ਜ਼ਿਆਦਾ ਫਿਲਮ ਦੇ ਵਿੱਚ, ਸਾਡੇ ਸੱਟਾਂ ਵੀ ਵੱਜੀਆਂ, ਅਸੀਂ ਥੋੜੇ ਜਿਹੇ ਸਾਫ਼ ਸੁਥਰੇ ਲੱਗਦੇ ਸੀ ਤਾਂ ਸਾਡੇ ਪ੍ਰੇਮ ਸੜਾ ਕੇ ਸਾਡੇ ਕਹਿੰਦੇ ਸੀ ਇਹਨਾਂ ਨੂੰ ਗੰਦਾ ਕਰਕੇ ਲਿਆਓ, ਤੁਸੀਂ ਸੋਹਣੀਆਂ ਨਹੀਂ ਲੱਗਣਾ ਸਕਰੀਨ ਤੇ, ਕਿਉਂਕਿ ਉਹ ਕਿਰਦਾਰ ਨੇ, ਉਹ ਰੀਅਲ ਕਿਰਦਾਰ ਨੇ। ਕੋਈ ਕਿਰਦਾਰ ਅਗਰ ਲੜ ਰਿਹਾ ਹੈ ਨਾ ਆਪਣੇ ਹੱਕਾਂ ਦੇ ਲਈ, ਜਾਂ ਕੋਈ ਡਿਪਰੈਸ਼ਨ 'ਚ ਆ, ਤਾਂ ਉਹ ਖੂਬਸੂਰਤ ਕਿੱਦਾਂ ਲੱਗੂਗਾ? ਉਹ ਡੀਟੇਲਿੰਗ ਸਾਡੀ ਫੇਸ ਦੇ ਉੱਤੇ ਦਿਖਦੀ ਸੀਗੀ। ਸੋ ਇਸ ਫਿਲਮ ਦਾ ਇੱਕ ਇੱਕ ਸੀਨ ਮੈਨੂੰ ਲੱਗਦਾ ਹੈ ਕਿ ਕਰਕੇ ਮਤਲਬ ਦਿਲ ਦੇ ਕਲੋਜ਼ ਹੀ ਹੈ ਹਰ ਸੀਨ। ਔਰ ਸਭ ਤੋਂ ਜ਼ਿਆਦਾ ਤਾਂ ਉਹ ਆ ਕਿ ਜਦੋਂ ਉਹ ਮੈਟਾਡੋਰ ਤੋਂ ਮੇਰਾ ਇੱਕ ਗਿਰਨ ਦਾ ਸੀਨ ਹੈ, ਬਾਪਰੇ ਉਹ 'ਚ ਤਾਂ ਮੇਰੀ ਸੱਟ ਲੱਗ ਗਈ ਸੀ। ਅੱਛਾ, ਸੋ ਉਹ ਮੈਂ ਕਦੇ ਭੁੱਲ ਨਹੀਂ ਸਕਦੀ, ਯਾਦ ਰਹਿੰਦਾ ਹਮੇਸ਼ਾ, ਉਹ ਯਾਦ ਰਹਿੰਦਾ ਹਾਂ। ਨੇਹਾ, ਬੀਂਗ ਦਾ ਸੀਨ, ਜਦੋਂ ਤੁਸੀਂ ਸੀਨ ਕਰਦੇ ਹੋ, ਹੈਨਾ, ਉਸ ਕਰੈਕਟਰਾਂ ਤੁਸੀਂ ਖੁਦ ਪਰਸਨਲੀ ਕਿੰਨੇ ਜੁੜ ਜਾਂਦੇ ਹੋ? ਠੀਕ ਹੈ, ਜਦੋਂ ਆਪਾਂ ਕੋਈ ਕਰੈਕਟਰ ਕਰਦੇ ਹਾਂ ਸਾਨੂੰ ਪਰਸਨਲੀ ਆਪਣੇ ਅੰਦਰ ਧਾਰਨਾ ਪੈਂਦਾ ਉਹ ਚੀਜ਼, ਫਿਰ ਕਰੈਕਟਰ ਹੁੰਦਾ ਹੈ। ਲੇਕਿਨ ਬਾਅਦ ਦੇ ਵਿੱਚ ਉਹ ਤੁਹਾਡੇ ਪਰਸਨਲ ਲਾਈਫ ਤੇ ਤੁਹਾਨੂੰ ਕੀ ਕਿੰਨਾ ਇਫੈਕਟ ਪਾਉਂਦਾ? ਜਿਵੇਂ ਤੁਸੀਂ ਫਿਲਮ ਕੀਤੀ ਤਾਂ ਬੀਂਗ ਵੂਮੈਨ ਤੁਹਾਨੂੰ ਲੱਗਦਾ ਵੀ ਹਾਂ ਯਾਰ ਵਾਕਈ ਦੇ ਵਿੱਚ ਤੁਸੀਂ ਅਕਸਰ, ਮੰਨ ਲਓ ਸੀ ਕੋਈ ਮੈਂ ਨਾਟਕ ਕਰਦਾ, ਉਹ ਤੋਂ ਮੈਂ 10 ਦਿਨ ਲਗਾਤਾਰ ਨਾਟਕ ਦੇ ਵਿੱਚ ਹੀ ਰਹਿੰਦਾ ਗਾ। ਜਦੋਂ ਮੈਂ ਕੋਈ ਰੋਲ ਨਿਭਾਇਆ ਹੁੰਦਾ ਤਾਂ ਮੈਂ ਆਸ ਪਾਸ ਕੋਈ, ਮੈਨੂੰ ਕੋਈ ਕੁੜੀ ਮਿਲਦੀ ਹੈ, ਮੁੰਡਾ ਮਿਲਦਾ, ਮੈਂ ਉਹਦਾ ਜ਼ਿਕਰ ਕਰੂੰਗਾ ਹੀ ਕਰੂੰਗਾ ਵੀ ਯਾਰ ਤੁਸੀਂ ਐਂ ਕਰਨਾ ਚਾਹੀਦਾ। ਤੁਹਾਡੇ ਤੇ ਕੋਈ ਚੀਜ਼ ਕਿੰਨੀ ਇਫੈਕਟ ਕਰਦੀ ਹੈ ਜਦੋਂ ਕੋਈ ਕਿਰਦਾਰ ਨਿਭਾਉਂਦੇ? ਜਦੋਂ ਅਸੀਂ ਕੋਈ ਕਿਰਦਾਰ ਨਿਭਾਉਂਦੇ ਹਾਂ ਉਸ ਕਿਰਦਾਰ ਦੇ ਵਿੱਚ ਹੁੰਦੇ ਹਾਂ, ਮੈਂ ਤਾਂ ਜਦੋਂ ਮਤਲਬ ਸ਼ੂਟ ਕਰਕੇ ਘਰ ਜਾਂਦੀ ਸੀ, ਕੋਈ ਵੀ ਮੈਂ ਕੈਰੈਕਟਰ ਪਲੇ ਕਰਦੀ ਹਾਂ ਨਾ, ਆਈ ਗੈਟ ਇਨ ਟੂ ਦ ਸਕਿਨ ਆਫ ਦ ਕੈਰੈਕਟਰ, ਤੇ ਉਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੁੰਦਾ ਹੈ। ਇਟਸ ਨਾਟ ਦੈਟ ਈਜ਼ੀ, ਕਿਉਂਕਿ ਉਹ ਚੀਜ਼ਾਂ ਤੁਸੀਂ ਲੈ ਕੇ, ਕਿਉਂਕਿ ਤੁਸੀਂ ਐਕਟ ਨਹੀਂ ਕਰ
ਰਹੇ ਉਹ ਚੀਜ਼ ਤੁਹਾਡੇ ਸਬਕੌਂਸ਼ੀਅਸ ਮਾਈਂਡ 'ਚ ਤੁਸੀਂ ਇਮੇਜਿਨ ਕਰਦੇ ਹੋ ਉਸਨੂੰ, ਹੈ ਨਾ, ਆਪਣੇ ਅੰਦਰ ਪਾਉਂਦੇ ਹੋ, ਤਾਂ ਉਹਨੂੰ ਕੱਢਣਾ ਇਜ਼ ਨੋਟ ਈਜ਼ੀ। ਔਰ ਥਰੂ ਆਊਟ ਤੁਸੀਂ 40 to 60 ਡੇਜ਼ ਇੱਕੋ ਚੀਜ਼ ਕਰ ਰਹੇ ਹੋ, ਹੈ ਨਾ, ਤੇ ਉਹ ਤਾਂ ਤੁਹਾਡੇ ਕਿਤੇ ਨਾ ਕਿਤੇ ਅੰਦਰ ਚਲਾ ਹੀ ਜਾਂਦਾ ਹੈ ਉਹ ਕਿਰਦਾਰ। ਰਾਤ ਨੂੰ ਵੀ ਮੈਨੂੰ ਸੁਪਨੇ ਆਉਂਦੇ ਸੀ ਆ ਕੇ ਮੈਂ ਲੜ ਰਹੀ ਹਾਂ, ਪੂਲਿਆਂ ਦੇ ਡਾਇਲੌਗ ਹੁੰਦੇ ਸਕ੍ਰਿਪਟ ਹੁੰਦੀ ਹੈ। ਔਰ ਬਾਕੀ ਇਹ ਜੋ ਚਿੜੀਆਂ ਦਾ ਚਿੰਬਾ ਦਾ ਕੈਰੇਕਟਰ ਹੈ ਕੁੜੀਆਂ ਦਾ, ਮੈਨੂੰ ਲੱਗਦਾ ਹਰੇਕ ਕੁੜੀ ਦੇ ਵਿੱਚ, ਹਰੇਕ ਮੁੰਡੇ ਦੇ ਵਿੱਚ, ਹਰੇਕ ਇਨਸਾਨ ਦੇ ਵਿੱਚ ਇਹ ਕਿਰਦਾਰ ਹੁੰਦਾ ਹੀ ਆ, ਕਿਉਂਕਿ ਕੌਣ ਹੈ ਜੋ ਆਪਣੀ ਆਜ਼ਾਦੀ ਦੇ ਨਾਲ ਨਹੀਂ ਜੀਣਾ ਚਾਹੁੰਦਾ। ਹਰ ਇਨਸਾਨ ਆਜ਼ਾਦੀ ਦੇ ਨਾਲ ਜੀਣਾ ਚਾਹੁੰਦਾ, ਹਰੇਕ ਨੂੰ ਆਜ਼ਾਦੀ ਚਾਹੀਦੀ। ਈਵਨ ਮੈਂ ਕਹਿੰਦੀ ਹਾਂ ਕਿ ਪਕਸ਼ੀਆਂ ਨੂੰ ਵੀ ਆਜ਼ਾਦੀ ਚਾਹੀਦੀ, ਜਾਨਵਰਾਂ ਨੂੰ ਵੀ ਆਜ਼ਾਦੀ ਚਾਹੀਦੀ, ਐਵਰੀਬਡੀ। ਕਿ ਉਹਦੇ ਲਈ ਉਹ ਤਾਂ ਜਾਨਵਰ ਨੇ, ਬਟ ਅਸੀਂ ਤਾਂ ਇਨਸਾਨ ਆ ਨਾ, ਸਾਨੂੰ ਪਰਮਾਤਮਾ ਨੇ ਬ੍ਰੇਨ ਦਿੱਤਾ ਹੈ, ਅਸੀਂ ਤਾਂ ਆਪਣੇ ਹੱਕਾਂ ਦੇ ਲਈ ਲੜ ਸਕਦੇ ਹਾਂ। ਤਾਂ ਉਸੀ ਇੱਕ ਬਗਾਵਤ ਦੀ ਉਹ ਜਰਨੀ ਦਿਖਾਈ ਆ, ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਤੁਹਾਡੀ ਸਟੋਰੀ ਆ, ਤੁਹਾਨੂੰ ਇਸ ਫਿਲਮ ਨੂੰ ਸਪੋਰਟ ਕਰਨਾ ਚਾਹੀਦਾ। ਪਰਸਨਲੀ ਟ੍ਰੇਲਰ ਤੁਹਾਨੂੰ ਸਾਰੀ ਜਗ੍ਹਾ ਸ਼ੇਅਰ ਕਰਨਾ ਚਾਹੀਦਾ, ਔਰ ਫਿਲਮ ਜ਼ਰੂਰ ਦੇਖ ਕੇ ਆਉਣੀ ਚਾਹੀਦੀ, ਬਿਕੋਜ਼ ਇਹ ਚੀਜ਼ਾਂ ਦੇਖਣ ਤੋਂ ਬਾਅਦ ਕਾਫੀ ਚੀਜ਼ਾਂ ਚੇਂਜ ਹੋਣਗੀਆਂ, ਕਾਫੀ ਸੋਚ, ਜਿੰਨੀ ਕੁ ਅਸੀਂ ਕੋਸ਼ਿਸ਼ ਕਰ ਸਕਦੇ ਹਾਂ, ਅਸੀਂ ਕੋਸ਼ਿਸ਼ ਕੀਤੀ ਆ। ਬਾਕੀ ਉਸ ਚੀਜ਼ ਨੂੰ ਤਾਂ ਹਰੇਕ, ਕਿਉਂਕਿ ਹਰੇਕ ਇਨਸਾਨ ਨਾ ਆਪਣੇ ਹਿਸਾਬ ਦੇ ਨਾਲ ਫਿਲਮ ਦੇਖਦਾ, ਹਰੇਕ ਦਾ ਪੁਆਇੰਟ ਆਫ ਵਿਊ ਅਲੱਗ ਹੁੰਦਾ, ਉਹ ਵੀ ਕਦੀ ਹਿੱਟ ਔਰ ਫਲੋਪ ਨਹੀਂ ਹੁੰਦੀ। ਇਹ ਕਿਰਦਾਰ ਹੁੰਦੇ ਨੇ ਜੋ ਤੁਸੀਂ ਆਪਣੇ ਹਿਸਾਬ ਦੇ ਨਾਲ ਕਨੈਕਟ ਕਰਦੇ ਹੋ ਤਾਂ ਵੇਖਦੇ ਹੋ। ਕੁਛ ਚੀਜ਼ਾਂ ਕੁਛ ਲੋਕਾਂ ਨੂੰ ਵਧੀਆ ਲੱਗਦੀਆਂ ਨੇ, ਕੁਛ ਚੀਜ਼ਾਂ ਕੁਛ ਲੋਕਾਂ ਨੂੰ ਵਧੀਆ ਨਹੀਂ ਲੱਗਦੀਆਂ। ਨੇਹਾ, ਆਪਾਂ ਜਦੋਂ ਅੰਦਰ ਬੈਠੇ ਸੀ ਗੱਲ ਚੱਲ ਰਹੀ ਸੀ ਕਿ ਜਦੋਂ ਇਕੱਲੀ ਬਣੀ ਫਿਲਮ ਵੂਮੈਨਸ ਤੇ ਆ, ਲੇਕਿਨ ਬਹੁਤ ਮੁੰਡੇ ਅੱਜ ਸਮਾਜ 'ਚ ਏਦਾਂ ਦੇ ਆ ਕਿ ਉਹ ਕੁਛ ਗੱਲ ਆਪਣੇ ਮਾਪਿਆਂ ਨੂੰ ਨਹੀਂ ਕਹਿ ਪਾਉਂਦੇ ਜਾਂ ਆਪਣੇ ਆਸ ਪਾਸ ਲੋਕਾਂ ਨੂੰ ਨਹੀਂ ਕਹਿ ਪਾਉਂਦੇ, ਸ਼ਾਇਦ ਉਹ ਵੀ ਕਿਤੇ ਨਾ ਕਿਤੇ ਕਿਸੇ ਚੀਜ਼ ਦਾ ਸ਼ਿਕਾਰ ਜ਼ਰੂਰ ਹੁੰਦੇ ਨੇ, ਕਿਉਂਕਿ ਸਮਾਜ ਚੇਂਜ ਹੋ ਚੁੱਕਿਆ। ਤੁਸੀਂ ਹਾਲਾਂਕਿ ਇਕੱਲਾ ਵੂਮੈਨਸ ਵਿੱਚ ਦਿਖਾਇਆ ਗਿਆ, ਲੇਕਿਨ ਇਹ ਤੋਂ ਤੁਹਾਡੇ ਲਈ ਗੱਲ ਮੈਸੇਜ ਦੋਹਾਂ ਨੂੰ ਜਾਂਦਾ, ਉਦੋਂ ਮੈਸੇਜ ਦੇ ਸਕਦੇ ਨੇ। ਬਿਲਕੁਲ, ਦੋਨਾਂ ਨੂੰ ਮੈਸੇਜ ਜਾਂਦਾ। ਮੈਂ ਉਹੀ ਕਹਿ ਰਹੀ, ਇਹ ਲੋਕਾਂ ਦੇ ਲਈ ਮੈਸੇਜ ਹੈ, ਭਾਵੇਂ ਉਹ ਮੁੰਡਾ ਹੋਵੇ, ਭਾਵੇਂ ਉਹ ਕੁੜੀ ਹੋਵੇ, ਭਾਵੇਂ ਉਹ ਬੱਚਾ ਹੋਵੇ, ਐਨੀਬਡੀ, ਸਾਰੇ ਦੇ ਲਈ ਇਹ ਮੈਸੇਜ ਹੈ ਕਿ ਇੱਕ ਆਪਣੇ ਹੱਕਾਂ ਦੇ ਲਈ ਲੜਨਾ ਕੋਈ ਗਲਤ ਗੱਲ ਨਹੀਂ ਹੈ, ਕੋਈ ਗੁਨਾਹ ਨਹੀਂ ਹੈ। ਹੁਣੇ ਮੈਂ ਰੀਸੈਂਟਲੀ ਇੱਕ ਉਹ ਦੇਖੀ, ਸੀਰੀਜ਼ ਦੇਖੀ, ਤਾਲੀ, ਸੁਸ਼ਮਿਤਾ ਸੇਨ ਦੀ ਸੀਰੀਜ਼ ਆਈ ਹੈ ਤਾਲੀ, ਉਹ ਇੱਕ ਰੀਅਲ ਸਟੋਰੀ ਆ, ਤੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਆਹ ਚੀਜ਼ ਦਿਖਾਈ ਗਈ ਸੀ ਕਿ ਉਹ ਆਪਣੇ ਰਾਈਟਸ ਦੇ ਲਈ ਕਿੱਦਾਂ, ਮਤਲਬ ਸਭ ਕੁਛ ਚੇਂਜ ਕਰ ਦਿੰਦੀ ਹੈ ਸਮਾਜ ਦੇ ਵਿੱਚ, ਚੇਂਜ ਲਿਆਉਣਾ ਬੇਸਿਕਲੀ। ਸੋ ਇਹ ਸਮਾਜ ਦੀ ਕਹਾਣੀ ਆ, ਤੇ ਸਮਾਜ ਨੂੰ ਤਾਂ ਸਪੋਰਟ ਕਰਨੀ ਪਏਗੀ। ਬਿਲਕੁਲ, ਸੋਹਲ ਜੀ ਕੁੜੀ, ਤੁਸੀਂ ਮਤਲਬ ਕਹਿੰਦੇ ਕੁੜੀਆਂ ਬੜੀਆਂ ਸੋਹਲ ਜਿਹੀਆਂ ਹੁੰਦੀਆਂ, ਖੂਬਸੂਰਤ, ਤੁਸੀਂ ਫਿਲਮ ਦੇ ਵਿੱਚ ਘੱਟਾ ਮਿੱਟੀ ਹੋਏ ਬੜਾ, ਹੈ ਨਾ, ਘੁਲੇ ਮਿਲੇ, ਇੰਨਾ ਤੁਸੀਂ ਕਿਹੜਾ ਸਭ ਤੋਂ ਵੱਧ ਰਿਹਾ ਕਿ ਇੱਕ ਦਿਨ ਦੇ ਵਿੱਚ ਤੁਸੀਂ ਲੱਗਦਾ, ਤੁਸੀਂ ਦੱਸਿਆ ਵੀ 40-40 ਘੰਟੇ ਵੀ ਸੀਨ ਲੱਗਦਾ 25 ਘੰਟੇ, ਮੇਰੀ ਜੋ ਲਾਸਟ ਸ਼ਿਫਟ ਰਹੀ ਹੈ ਨਾ, ਉਹ ਗੋਡ ਆਈ ਕਾਂਟ ਟੈਲ ਯੂ, ਮਤਲਬ 25 ਆਵਰਸ ਆਪਾਂ ਕਲਾਈਮੈਕਸ ਸ਼ੂਟ ਕਰ ਰਹੇ ਸੀ, ਆਪਾਂ ਦਕਸ਼ਈ ਚ ਸੀਗੇ, ਕਲਾਈਮੈਕਸ ਸ਼ੂਟ ਕਰ ਰਹੇ ਸੀ, ਔਰ ਲਾਸਟ ਦਾ ਮੇਰਾ ਮੋਨੋਲੋਗ ਸੀਗਾ, ਐਂਡ ਸਾਰਾ ਦਿਨ ਲੱਗ ਗਿਆ ਉਸ ਮੋਨੋਲੋਗ ਨੂੰ ਕੱਢਣ ਤੇ, ਬਿਕੋਜ਼ ਉਹਦੇ ਕਈ ਐਂਗਲਸ ਅਸੀਂ ਸ਼ੂਟ ਕਰਨੇ ਸੀ, ਪਰ ਉਸਨੂੰ ਉਸ ਕੈਰੇਕਟਰ ਦੇ ਵਿੱਚ ਜਾਣਾ ਔਰ ਕੰਟੀਨਿਊਸਲੀ ਬੋਲਣਾ, ਪਲੱਸ ਉਸ ਤੋਂ ਬਾਅਦ 25 ਆਵਰਸ ਦੀ ਸਾਡੀ ਸ਼ਿਫਟ ਜੋ ਲਾਸਟ ਰਹੀ, ਉਹ ਗੋਟ ਕੰਟੀਨਿਊਸਲੀ ਆਈ ਵਾਜ਼ ਔਨ ਸੈਟ, ਐਂਡ ਆਈ ਉੱਥੇ ਮੈਂ ਸੌ ਗਈ, ਮਤਲਬ ਥੋੜ੍ਹੀ ਦੇਰ ਦੇ ਲਈ, ਈਵਨ ਸ਼ਰਨ ਵਾਜ਼ ਵਿਦ ਮੀ, ਹੈ ਨਾ, ਤੇ ਮੈਂ ਤਾਂ ਬਿਲਕੁਲ ਹੀ ਸੁਬਹਾ ਦੀ ਆਈ ਹੋਈ ਸੀ, ਅਗਲੇ ਦਿਨ ਜਾ ਕੇ ਮੈਂ ਦੁਪਹਿਰ ਤੋਂ ਬਾਅਦ ਮੈਂ ਗਈ ਹਾਂ। ਸੋ ਮੈਨੂੰ ਸੈੱਟ 'ਚ ਇੱਦਾਂ ਝੂਠੇ ਆ ਰਹੇ ਸੀ, ਮਤਲਬ ਜ਼ੌਂਬੀ ਬਣੀ ਹੋਈ ਸੀ ਮੈਂ, ਬਟ ਮਜ਼ਾ ਆਇਆ, ਮਜ਼ਾ ਆਇਆ। ਗਿਰਨਾ ਪੜਨਾ ਮਿੱਟੀ ਮੈਟਰ ਰੋਡ ਦੇ ਅੰਦਰ ਗਰਮੀ, ਉਤੋਂ ਜੀ ਵਿੱਚ ਛਿੱਕਾਂ ਵਿੱਚ, ਇਟ ਵਾਜ਼ ਲਾਈਕ ਵੈਰੀ ਚੈਲੰਜਿੰਗ, ਬਟ ਪਤਾ ਨਹੀਂ ਲੱਗਿਆ, ਪਤਾ ਲੱਗਿਆ ਵੀ, ਕਿਉਂਕਿ ਜਦੋਂ ਲੱਗਦਾ ਤਾਂ ਪਤਾ ਤਾਂ ਲੱਗ ਲੱਗਦਾ, ਬਟ ਮਜ਼ਾ ਆਇਆ, ਵੀ ਰੀਅਲੀ ਹੈਡ ਗੁੱਡ ਫਨ ਔਨ ਸੈਟ। ਲਾਸਟ ਤੇ ਸਾਡੇ ਜੋ ਦਰਸ਼ਕ ਨੇ ਕੈਨੇਡਾ ਤੁਹਾਨੂੰ ਵੇਖ ਰਹੇ ਨੇਗੇ, ਉਹਨਾਂ ਲਈ ਇੱਕ ਮੈਸੇਜ ਚਿੜੀਆਂ ਦੇ ਚੰਬੇ ਨੂੰ ਲੈ ਕੇ? ਚਿੜੀਆਂ ਦਾ ਚੰਬਾ ਦੇ ਲਈ ਮੈਂ ਇਹ ਕਹਿਣਾ ਚਾਹੂੰਗੀ ਕਿ ਅੱਜ ਸ਼ਾਮੀ 6 ਵਜੇ, ਕੁਛ ਹੀ ਘੰਟੇ ਰਹਿ ਗਏ ਆ, ਚਿੜੀਆਂ ਦਾ ਚੰਬਾ ਯੂਟਿਊਬ ਤੇ ਤੁਸੀਂ ਜ਼ਰੂਰ ਜਾ ਕੇ ਵੇਖਿਓ, ਤੇ ਵੱਧ ਤੋਂ ਵੱਧ ਸਪੋਰਟ ਕਰੋ, ਰਿਵਿਊਜ਼ ਜ਼ਰੂਰ ਦਿਓ ਸਾਡੇ ਇੰਸਟਾਗ੍ਰਾਮ ਅਕਾਊਂਟ ਤੇ, ਮਾਈ IG ਤੇ, ਪਲੱਸ ਨੇਹਾ ਪਵਾਰ, ਪਲੱਸ ਯੂਟਿਊਬ ਚੈਨਲ ਤੇ ਰਿਵਿਊਜ਼ ਜ਼ਰੂਰ ਦਿਓ, ਤੇ 13 ਅਕਤੂਬਰ ਨੂੰ ਤੁਹਾਡੀ ਆਪਣੀ ਫਿਲਮ
है चिड़िया का चंबा, थोड़ी आजादी की मूवी है, थोड़े राइट्स की मूवी है, बिल्कुल मिस ना करो, जरूर जाके वेखियो चिड़िया का चंबा ऑन थ्री नाउ। लो जी, इन्होंने अपना फर्ज निभाता है, बारी थोड़ी है, तुम दसो फिल्म किमें लगी 13 अक्टूबर रिलीज़ होने वाली, तो अज ट्रेलर हो जाएगा, सारे ने जरूर देखना है, तो दसना है परसनली किमें लगी। तुम देखो प्रवासी टीवी, मैं हाँ प्रिंस गर्ग, धन्यवाद।